इतिहास खोल के वेखो जिदन भाई मरदाना शरीर छड़न लग्या ना, भाई मरदाना जी जदों सचखंड जाण लगे ते हजूर महाराज के चरणों में बैठे सी भाई मरदाना, ते हजूर महाराज गुरु नानक साहब कहण लगे, पातशाह कहण लगे, कहिंदे मरदाना जी तुहाडा अंतम समा नेड़े आ गया, चंद सवास रह गए, तुसीं चले जाणा। भाई मरदाना जी दीआं साखियां सिर्फ एदा ही ना सुनिया पढ़िया करो भी भाई मरदाने नूं भुख बड़ी लगदी सी, भाई मरदाने नूं तेह बड़ी लगदी सी, भाई मरदाना रुस के चलिया जांदा सी। गुरमुखो भाई मरदाने नूं जे भुख लगी उहदे पिछे भी किसे दा भला छुपिया होया सी, जे भाई मरदाने नूं प्यास लगी उहदे पिछे भी बली कंधारी वर्गियां दा भला छुपिया होया सी, जे मरदाना रुस के गया उहदे पिछे भी कौडे राक्षस वर्गियां दा भला छुपिया होया सी। ਆਪਾਂ ਕੀ ਜਾਣੀਏ ਇਹਨਾਂ ਖੇਡਾਂ ਨੂੰ ਜੀ, ਆਪਾਂ ਤੇ ਭਾਈ ਮਰਦਾਨੇ ਦਾ ਨਾਮ ਹੀ ਆਉਂਦਾ ਪਹਿਲੇ ਹੀ ਮੁਸ਼ਕਲੀਆਂ ਹੱਸਣ ਲੱਗ ਪੈਂਦੇ ਵੀ ਭਾਈ ਮਰਦਾਨੇ ਦੀ ਕੋਈ ਮਖੌਲ ਵਾਲੀ ਗੱਲ ਹੀ ਹੋਣੀ ਆ ਜੀ। ਭਾਈ ਮਰਦਾਨਾ ਏਡਾ ਵੱਡਾ ਤਤ ਗਿਆਨੀ ਸੀ ਗੁਰਮੁਖੋ, ਹਜ਼ੂਰ ਮਹਾਰਾਜ ਕੇਵਲ ਇੰਨਾ ਕਹਿੰਦੇ ਸੀ ਮਰਦਾਨਾ ਜੀ ਰਬਾਬ ਛੇੜੋ ਬਾਣੀ ਆਈ ਹੈ, ਬਾਣੀ ਕਿਹੜੇ ਰਾਗ ਵਿੱਚ ਆਈ ਹੈ ਇਹ ਤਾਂ ਨਹੀਂ ਸੀ ਕਹਿੰਦੇ ਜੀ, ਇੰਨਾ ਅੰਦਰੋਂ ਇੱਕ ਹੋ ਚੁੱਕਿਆ ਸੀ ਭਾਈ ਮਰਦਾਨਾ, ਜਿਹੜੇ ਰਾਗ ਦੇ ਵਿੱਚ ਹਜ਼ੂਰ ਨੇ ਬਾਣੀ ਉਚਾਰਨ ਕਰਨੀ ਹੁੰਦੀ ਸੀ ਭਾਈ ਮਰਦਾਨਾ ਰਬਾਬ ਦੇ ਉੱਤੇ ਉਸੇ ਰਾਗ ਦਾ ਥਾਟ ਬਣਾਉਂਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਤੇ ਮਾੜੀ ਮੋਟੀ ਗੱਲ ਹੈ? ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਲ ਇੱਕ ਮਿੱਕ ਹੋ ਚੁੱਕੀ ਰੂਹ ਸੀ, ਇੱਕ ਮਿੱਕ। ਤੇ ਜਦੋਂ ਹਜ਼ੂਰ ਨੇ ਆਖਿਆ ਜੀ ਮਰਦਾਨਾ ਜੀ ਤੁਹਾਡਾ ਅਖੀਰਲਾ ਵਕਤ ਆ ਗਿਆ, ਹੁਣ ਇਹ ਸਰੀਰ ਦਾ ਵਿਛੋੜਾ ਪੈ ਜਾਣਾ, ਤੇ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਏ, ਉੱਠ ਕੇ ਝੂਮਣ ਲੱਗ ਪਏ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਦੁਨੀਆਂ ਦੇ ਲੋਕ ਤੇ ਮੌਤ ਦਾ ਨਾਮ ਸੁਣ ਕੇ ਕੰਬ ਜਾਂਦੇ ਆ, ਭਾਈ ਮਰਦਾਨਾ ਜੀ ਤੁਹਾਨੂੰ ਖੁਸ਼ੀ ਹੋਈ, ਦੱਸੋ ਜੀ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਭਈ ਮੈਂ ਤੁਹਾਡੇ ਸਨਮੁਖ ਹੋ ਕੇ ਜਾ ਰਿਹਾ, ਬੇਮੁਖ ਹੋ ਕੇ ਨਹੀਂ ਜਾ ਰਿਹਾ, ਮੇਰੀ ਤੁਹਾਡੇ ਨਾਲ ਨਿਭ ਗਈ, ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ। ਮਹਾਰਾਜ ਜੀਆਂ ਨੇ ਕੁਛ ਸਵਾਲ ਉਸ ਵੇਲੇ ਫਿਰ ਕੀਤੇ, ਕੁਛ ਸਵਾਲ ਕੀ ਆਂਦੇ ਆ ਮਹਾਰਾਜ ਕਹਿੰਦੇ ਤੇਰੇ ਸਰੀਰ ਦਾ ਸੰਸਕਾਰ ਕਿਹੜੇ ਤਰੀਕੇ ਨਾਲ ਕਰੀਏ, ਤੈਨੂੰ ਮਿੱਟੀ ਵਿੱਚ ਦਫਨਾਈਏ ਤੇਰਾ ਮੁਸਲਮਾਨਾਂ ਦੇ ਘਰ ਦਾ ਜਨਮ, ਜਾਂ ਤੈਨੂੰ ਤੇਰੇ ਸਰੀਰ ਨੂੰ ਅਗਨ ਭੇਟ ਕਰੀਏ। ਜਨਮ ਸਾਖੀ ਵਿੱਚ ਬਚਨ ਆਉਂਦੇ ਨੇ ਜੀ, ਕਹਿੰਦੇ ਮਹਾਰਾਜ ਜੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਿਹਾ, ਮੇਰਾ ਹੁਣ ਧਰਮ ਵੀ ਉਹ ਹੀ ਹੈ ਜਿਹੜਾ ਤੁਹਾਡਾ, ਮੇਰੀ ਮਰਿਆਦਾ ਵੀ ਉਹੀ ਜਿਹੜੀ ਤੁਹਾਡੀ, ਸੱਚੇ ਪਾਤਸ਼ਾਹ ਤੁਹਾਨੂੰ ਚੰਗਾ ਲੱਗਦਾ ਮੇਰੇ ਸਰੀਰ ਨੂੰ ਮਿੱਟੀ 'ਚ ਦਫਨ ਕਰ ਦਿਓ, ਤੁਹਾਨੂੰ ਚੰਗਾ ਲੱਗਦਾ ਮੈਨੂੰ ਅਗਨ ਭੇਟ ਕਰ ਦਿਓ, ਮੈਨੂੰ ਕੋਈ ਫਰਕ ਨਹੀਂ। ਮਹਾਰਾਜ ਕਹਿੰਦੇ ਫਿਰ ਅਸੀਂ ਤੇ ਤੇਰਾ ਅਗਨ ਸੰਸਕਾਰ ਹੀ ਕਰਾਂਗੇ, ਦਾਹ ਸੰਸਕਾਰ ਕਰਾਂਗੇ, ਸਤ ਵਚਨ ਮਹਾਰਾਜ। ਮਹਾਰਾਜ ਕਹਿੰਦੇ ਜਿੱਥੇ ਫਿਰ ਤੇਰਾ ਸੰਸਕਾਰ ਕਰੀਏ ਉੱਥੇ ਤੇਰੀ ਕੋਈ ਮੜੀ ਯਾਦਗਾਰ ਬਣਾ ਦਈਏ। ਮਹਾਰਾਜ ਉਹ ਕਾਹਦੇ ਵਾਸਤੇ? ਕਹਿੰਦੇ ਜੀ ਜਦੋਂ ਕੋਈ ਵੇਖੇਗਾ ਤੇ ਤੁਹਾਨੂੰ ਯਾਦ ਕਰਨਗੇ ਸਾਰੇ ਵੀ ਇਹ ਭਾਈ ਮਰਦਾਨੇ ਦੀ ਯਾਦਗਾਰ ਆ। ਮਹਾਰਾਜ ਜੀਆਂ ਨੂੰ ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਜੇ ਆਪਣੇ ਆਪ ਨੂੰ ਯਾਦ ਰਖਾਉਣ ਲਈ ਹਜੇ ਵੀ ਕਿਸੇ ਮੜੀ ਦੀ ਲੋੜ ਆ ਤੇ ਮਹਾਰਾਜ ਬੜੇ ਦੁੱਖ ਦੀ ਗੱਲ ਆ। ਸੱਚੇ ਪਾਤਸ਼ਾਹ ਜਿੰਨਾ ਚਿਰ ਦੁਨੀਆਂ ਗੁਰੂ ਨਾਨਕ ਨੂੰ ਯਾਦ ਰੱਖੇਗੀ ਮਰਦਾਨੇ ਨੂੰ ਯਾਦ ਰੱਖੇਗੀ ਦੁਨੀਆਂ, ਮਰਦਾਨੇ ਨੂੰ ਕਿਵੇਂ ਭੁੱਲ ਜੂ, ਦੁਨੀਆਂ ਗੁਰੂ ਨਾਨਕ ਨੂੰ ਯਾਦ ਰੱਖੇਗੀ। ਜਿੰਨਾ ਚਿਰ ਗੁਰੂ ਨਾਨਕ ਦੁਨੀਆਂ ਨੂੰ ਯਾਦ ਹੈ ਭਾਈ ਮਰਦਾਨਾ ਵੀ ਗੁਰੂ ਨਾਨਕ ਸਾਹਿਬ ਸਿੰਘ ਦੁਨੀਆਂ ਨੂੰ ਯਾਦ ਰਹੇਗਾ, ਭਾਈ ਮਰਦਾਨੇ ਨੂੰ ਕੌਣ ਭੁੱਲ ਜੂ। ਮਹਾਰਾਜ ਜੀਆਂ ਨੇ ਅਗਲਾ ਵਚਨ ਕਰਿਆ ਮਰਦਾਨਾ ਜੀ ਕੋਈ ਇੱਛਾ ਹੈ ਦੱਸ ਦਓ, ਕੀ ਚਾਹੀਦਾ ਜੀ ਦੱਸੋ ਕੀ ਦੇਈਏ। ਆ ਹੁਣ ਅਖੀਰਲਾ ਬਚਨ ਭਾਈ ਮਰਦਾਨੇ ਦਾ ਸੁਣਿਓ ਜੀ ਧਿਆਨ ਨਾਲ, ਫਿਰ ਮੰਗਿਆ ਕੀ ਅਖੀਰ ਵੇਲੇ ਭਾਈ ਮਰਦਾਨੇ ਨੇ ਹੱਥ ਜੋੜੇ ਬਹੁਤ ਪਿਆਰ ਵਿੱਚ ਆ ਕੇ ਵਿਰਾਗ ਵਿੱਚ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੇ ਤੁੱਠੇ ਹੋ ਮੇਰਾ ਦੇ ਘਰ ਵਿੱਚ ਆਏ ਹੋ ਹੇ ਨਿਰੰਕਾਰ ਜੀ ਜੇ ਪੁੱਛਦੇ ਹੋ ਕੀ ਚਾਹੀਦਾ ਤੇ ਮੇਰੀ ਇੱਕੋ ਹੀ ਇੱਛਾ ਹੈ ਜਿਵੇਂ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਮੇਰੇ ਬੱਚਿਆਂ ਨੂੰ ਵੀ ਜੋੜ ਕੇ ਰੱਖਿਓ, ਮੇਰੇ ਬੱਚੇ ਵੀ ਤੁਹਾਡੇ ਨਾਲੋਂ ਕਦੇ ਵਿਛੜ ਨਾ ਜਾਣ, ਤੁਹਾਡੇ ਤੋਂ ਦੂਰ ਨਾ ਜਾਣ।
ਤੁਹਾਡੀ ਸਿੱਖੀ ਦੇ ਵਿੱਚ ਪਰਪੱਕ ਰਹਿਣ ਬਸ ਮੇਰੀ ਆਹੀ ਇੱਛਾ ਹੈ। ਜਿੰਨੇ ਬਜ਼ੁਰਗ ਬੈਠੇ ਹੋ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਮੈਂ ਆਪਣੇ ਪਰਿਵਾਰ ਲਈ ਕਰੋੜਾਂ ਦੀ ਜਾਇਦਾਦ ਭਾਵੇਂ ਛੱਡ ਕੇ ਨਾ ਜਾਵਾਂ, ਸੋਹਣੀਆਂ ਕੋਠੀਆਂ ਮਹਿਲ ਮਾੜੀਆਂ ਨਾ ਛੱਡ ਕੇ ਜਾਵਾਂ ਬੇਸ਼ੱਕ, ਪਰ ਦਾਤਾ ਇੱਕ ਕਿਰਪਾ ਕਰੀ, ਜਿੱਦਣ ਮੈਂ ਸੰਸਾਰ ਤੋਂ ਜਾਵਾਂ ਘੱਟੋ ਘੱਟ ਮੇਰੇ ਪਰਿਵਾਰ ਵਿੱਚ ਗੁਰੂ ਨਾਨਕ ਦੀ ਸਿੱਖੀ ਜ਼ਰੂਰ ਹੋਵੇ, ਮੇਰੇ ਪਰਿਵਾਰ ਵਿੱਚ ਗੁਰੂ ਨਾਨਕ ਦੀ ਸਿੱਖੀ ਜ਼ਰੂਰ ਹੋਣੀ ਚਾਹੀਦੀ, ਹੋਰ ਕੁਛ ਹੋਵੇ ਭਾਵੇਂ ਨਾ ਹੋਵੇ। ਇਹ ਅਰਦਾਸ ਕਰਿਆ ਕਰੋ, ਮੰਗਿਆ ਕਰੋ, ਇਦੋਂ ਬਿਨਾਂ ਛੁਟਕਾਰਾ ਨਹੀਂ ਹੋਣਾ।